kid. Oh, Dardani Mara. Mera Sidhu Moosewala. ਅਸਲਾਮ ਅਲੈਕਮ ਜੀ, ਕਿੱਦਾਂ ਸਾਰੇ ਵੀਰ ਭੈਣ ਭਰਾ ਅਤੇ ਮਿੱਤਰ ਬੇਲੀ ਹੱਸਣ ਡੇ ਹਾਂ ਯਾਰ, ਜਰਾ ਕੋਈ ਕਿਸੇ ਗੱਲ ਤੋਂ ਫਣੀ ਹੋਏ ਹਾਂ ਅਤੇ ਵਿੱਚ ਚੁੱਕ ਰਿਹਾ। ਅਤੇ ਮਿੱਤਰੋ ਵੈਲਕਮ ਹੈ ਸਾਰਿਆਂ ਦਾ ਆਪਣੇ ਚੈਨਲ ਮੂਸੇ ਰਿਐਕਟਸ ਉੱਤੇ। ਸਲਾਮ ਦਾ ਘਾਟੀ ਦੇ ਲੀਕੂ ਅੱਜ ਹੋਈ ਹੈ ਅਤੇ ਗੱਲਾਂ ਬਾਤਾਂ ਬਾਈ ਹੋ ਰਹੀਆਂ ਸਨ ਅਤੇ ਉਹਦੇ ਉੱਤੇ ਤਜ਼ਕਰਾ ਕਰਦੇ ਕਰਦੇ ਤੁਹਾਡੇ ਵਿੱਚ ਆ ਬੈਠੇ ਹਾਂ ਅਤੇ ਬਾਈ ਤੁਹਾਡੇ ਨਾਲ ਗੱਲਬਾਤ ਕਰਨ ਵਿੱਚ ਦੱਸਣਗੇ ਵੀ ਕਿੱਥੇ ਬਾਈ ਜੀ। ਅਸੀਂ ਸਟਾਰਟ ਕੀਤਾ ਹੋਇਆ ਸੀ ਰੀਸੈਂਟਲੀ ਸਿੱਧੂ ਮੂਸੇਵਾਲੇ ਦੇ ਬਾਰੇ ਜਿਹੜੀਆਂ ਗੱਲਾਂ ਹੋਈਆਂ ਸਨੀ ਮੋਲਟਨ ਦੇ ਇੰਟਰਵਿਊ ਦੇ ਵਿੱਚ। ਸਨੀ ਮੋਲਟਨ ਦਾ ਜਿਹੜਾ ਆਖਰੀ ਦੇ ਨਹੀਂ ਕਹਿ ਸਕਦੇ ਆਪਾਂ, ਲੇਟੈਸਟ ਤਾਜ਼ਾ ਸਨੀ ਮੋਲਟਨ ਦਾ ਜਿਹੜਾ ਇੰਟਰਵਿਊ ਹੈ ਉਹਦਾ ਚਾਰ ਪਾਰਟ ਅਸੀਂ ਦੇਖ ਚੁੱਕੇ ਹਾਂ, ਪੰਜਵਾਂ ਪਾਰਟ ਅਸੀਂ ਦੇਖਣ ਜਾ ਰਹੇ ਹਾਂ। ਤੁਸੀਂ ਵੀ ਹੁਣੇ ਬੈੱਲ ਆਈਕਨ ਪ੍ਰੈਸ ਕਰ ਲਓ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਕਰ ਲਓ ਅਤੇ ਦੇਖਦੇ ਹਾਂ ਵੀਡੀਓ। ਲੈਟ ਗੈਟ ਅਤੇ ਚੈਟ ਉਹ ਵੀ ਪੰਜਾਬ ਤੋਂ ਆਇਆ ਸੀਗਾ ਚੱਲਿਆ ਬਹੁਤ ਆਪਣਾ ਉਹ ਜਮਾਂ ਦੇਸੀ ਗਾਣਾ ਘੈਂਟ ਗਾਣਾ ਬਹੁਤ ਬਹੁਤ ਵਧੀਆ ਗਾਣਾ, ਬਹੁਤ ਟਾਪ ਦਾ ਗਾਣਾ। ਅਸੀਂ ਜਦੋਂ ਸੁਣਿਆ ਬਹੁਤ, ਮੈਂ ਕਿਹਾ ਸਿੱਖ ਪਰ ਬਹੁਤ ਜੋ ਸੋਹਾ ਦੀ ਗੱਲ ਆਉਂਦੀ ਆ, ਆਬਵੀਅਸ ਇਜ਼ ਡਿਫਰੈਂਟ, ਬਹੁਤ ਬੀਟ ਡਿਫਰੈਂਟ ਰਾਈਟ, ਕਿਉਂ ਦੀ ਬੀਟ ਉਹਦੀ ਤੇ ਕੋਈ ਮੁਕਾਬਲਾ ਹੀ ਨਹੀਂ, ਵਨ ਆਫ ਦਾ ਬੈਸਟ ਬੀਟਸ ਐਵਰ ਪੰਜਾਬੀ ਇੰਡਸਟਰੀ ਰਾਈਟ, ਨੋ ਕੁਐਸਚਨ ਅਬਾਊਟ ਇਟ। ਜੋ ਵੀਡੀਓ ਦੀ ਗੱਲ ਆਉਂਦੀ ਆ ਬਹੁਤ, ਅਸੀਂ ਸਵੇਰੇ ਉੱਠ ਕੇ ਰਾਤ ਵੇਲੋ ਵੀਡੀਓ ਕਰਨ ਲੱਗਿਆ, ਕੱਲ ਨੂੰ ਵੀਡੀਓ ਕਰਨਾ, ਪਤਾ ਨੀ ਕਿਵੇਂ ਕਰਨਾ ਪਰ ਪਤਾ ਕਿ ਕੱਲ ਨੂੰ ਸੁਬਾਹ ਦਾ ਸ਼ੂਟ ਕੱਢਣਾ ਆਪਾਂ, ਕਨਸੈਪਟ ਨਹੀਂ ਸੀ ਕੋਈ ਤੇ ਕੁਛ ਨੀ, ਪਤਾ ਨੀ ਕਰ ਕੌਣ ਰਿਹਾ ਬੋ ਹੈ ਨਾ, ਤੇ ਇਹ ਸਟੂਡੀਓ ਆ ਗਿਆ ਮੈਨ ਕੇ ਬਹੁਤ ਆਪਾਂ ਕਿਵੇਂ ਕਰਨਾ ਆਇਆ ਤੇ ਕਰਨ ਲੱਗ ਗਿਆ ਸੀ। ਇੱਕ ਸਾਡੇ ਮੇਰੀ ਪ੍ਰੀਵੀਅਸ ਵੀਡੀਓ ਸ਼ੂਟ ਕੀਤੀ ਕਾਲੇ ਨਾਲ ਤੇ ਉਹ ਲੋਕਲ ਡਾਇਰੈਕਟਰ ਘੈਂਟ ਹੈ ਨਾ, ਤੇ ਉਹਨੇ ਆਖਿਆ ਕਿ ਬੋ ਮੈਂ ਪੰਜ ਸੌ ਕਰ ਦੂੰਗਾ, ਪੰਜ ਸੌ ਡਾਲਰ 'ਚ ਕਰ ਦੂੰਗਾ। ਉਹ ਸਾਰੇ ਹੈਰਾਨ, ਸਾਨੂੰ ਤਾਂ ਨੋਰਮਲ ਗੱਲ ਕਰ ਆਪਾਂ ਇੱਦਾਂ ਕਰਦੇ ਹੁੰਦੇ ਹਾਂ, ਪੇਪਰ ਇੰਡਸਟਰੀ 'ਚ ਸੀਗਾ ਕਿ ਉਹ 3,000 4,000 5,000 ਸ਼ੂਟ ਦੇਣਾ ਅਤੇ 500 ਸ਼ੂਟ ਇਹਨੇ ਕਰਤਾ। ਇਹ ਹੈਰਾਨ ਕਿ ਬਾਈ ਆਊਗਾ ਕੱਲ੍ਹ ਨੂੰ ਕਿ ਨਹੀਂ ਹੈ ਨਾ, ਅਤੇ ਅਲ ਕਿ ਚੱਲ ਕੇ ਸੀਨ ਕਿਵੇਂ ਕਰਨਾ, ਅਸੀਂ ਇਹ ਸੀਨ ਕੀ ਕਰਨੇ ਆਪਾਂ, ਸੀਨ ਸੂਨ ਤਾਂ ਆਪਾਂ ਸੋਚਿਆ, ਅਸੀਂ ਅੱਗੇ ਪਹੁੰਚ ਜੀ ਬਾਪਾ ਦੇਖੀ ਆ ਸ਼ੂਟ ਕਰਤਾ ਤਾਂ ਵੀ ਜਸ ਦੇ ਥਿੰਗਸ ਬਹੁਤ, ਅਸੀਂ ਸੋਚਿਆ ਨਹੀਂ ਬਹੁਤ ਸੋਚਿਆ ਨੀ, ਬਸ ਪਤਾ ਸੀ ਕਿ ਕਰੀ ਚੱਲੋ ਗਾਣਾ ਹੀ ਇੰਨਾ ਹਿੱਟ ਸੀ ਬਰੋ, ਵੀ ਡੋਨਟ ਹੈਵ ਟੂ ਥਿੰਕ ਅਬਾਊਟ ਦੈਟ ਥਿੰਗ ਯੂ ਨੋ। ਆਈ ਥਿੰਕ ਉਹ ਇੰਡਸਟਰੀ ਦੇ ਲਈ ਵੀ ਇੱਕ ਬੜੀ ਡਿਫਰੈਂਟ ਚੀਜ਼ ਸੀ, ਕਿਉਂਕਿ ਨਹੀਂ ਤਾਂ ਲਾਈਕ ਕੋਈ ਸਿੰਕ ਜਾਂ ਕੋਈ ਸੀਨਸ ਆ ਗਏ, ਕੋਈ ਸਕਿੱਟ ਆ ਗਏ, ਯੂ ਗਾਇਸ ਕ੍ਰੀਏਟਡ ਅ ਡਿਫਰੈਂਟ ਵਾਈਬ ਉਸ ਵੀਡੀਓ ਦੇ ਵਿੱਚ, ਰਾਈਟ। ਸਿੱਧੂ ਵੀ ਆਇਆ, ਉਹਨੇ ਇਸ ਵੇਲੇ ਖਾ ਲਾਵੀ ਸ਼ਰਟ, ਅਸੀਂ ਅੱਗੇ ਪਾ ਲਿਆ, ਸਾਨੂੰ ਵੀ ਨਹੀਂ ਹੁੰਦਾ ਕਿ ਜਲਦੀ ਪਾ ਲਿਆ, ਉਹ ਸ਼ੋਰਟ ਟੀ-ਸ਼ਰਟ 'ਚ ਆ ਗਿਆ, ਉਹ ਇੰਨਾ ਵੱਡਾ ਗਾਣਾ ਉਹਨੇ ਬਹੁਤ ਕੋਈ ਹੀ ਨੈਵਰ ਕੇਅਰਡ ਬ੍ਰੋ, ਉਹ ਪਤਾ ਨਹੀਂ ਕੋਈ ਨਾ ਪਤਾ ਨਹੀਂ ਪਈ ਦੇ ਕੇਅਰ, ਉਹ ਕੋ ਪਰਵਾਹ ਨਹੀਂ ਸੀ ਕਿ ਆ ਪਾਵਾਂ ਆ ਪਾਵਾਂ ਬ੍ਰੋ, ਉਹ ਟੈਲੈਂਟ ਤੇ ਚੱਲਦਾ ਸੀਗਾ। ਸੋ ਸੋ ਹਾਈ ਇਸ ਜਸਟ ਲਿਸਨ ਵਰਗੇ ਬੈਕ ਟੂ ਬੈਕ ਗਾਣੇ ਆ, ਯੂ ਨਿਊ ਕਿ ਕੁਛ ਨਾ ਕੁਛ ਹੁਣ ਵੱਡਾ ਹੋ ਰਿਹਾ, ਐਨੀ ਫੋਰਡੀ ਯੂ ਗੋਰੂ, ਕਿਸੇ ਵੀ ਤੁਸੀਂ ਫੰਕਸ਼ਨ ਤੇ ਚਲ ਜਾਓ ਹਮੇਸ਼ਾ ਤੁਹਾਡੇ ਗਾਣੇ ਬੈਕ ਟੂ ਬੈਕ। ਐਂਡ ਆਈ ਰਿਮੈਂਬਰ ਉਹ ਸਮਰ ਜਦੋਂ ਸੋ ਹਾਈ ਆਇਆ, ਇੱਕ ਪਾਰਟੀ ਚ ਉਹ ਗਾਣਾ ਪੰਜ ਪੰਜ ਛੇ ਛੇ ਵਾਰ ਚੱਲਦਾ ਸੀ ਜ਼ਰੂਰ, ਫਿਰ ਤੁਹਾਡਾ ਟੂਰ ਪਲਾਨ ਹੋਇਆ, ਟੂਰ ਦੀਆਂ ਆਫਰਸ ਆਈਆਂ, ਉਹ ਫੀਲਿੰਗ ਕਿਵੇਂ ਸੀ, ਉਹ ਤੁਸੀਂ ਕਹਿੰਦੇ ਯਾਰ ਤੁਹਾਡੇ ਮਾਈਂਡ 'ਚ ਆਇਆ ਕਿ ਯਾਰ ਇਸ ਟੂਰ ਆ ਰਹੇ ਹੁਣ ਕੀ ਕਰੀਏ, ਹਾਊਜ਼ ਦਾ ਲਾਈਕ ਬ੍ਰੋ। ਟੂਰ ਦੀ ਗੱਲ ਉਹ ਤੋਂ ਪਹਿਲਾਂ ਬਹੁਤ ਸੋਚਿਆ ਨਹੀਂ ਕਦੇ ਕਿ ਆਹ ਚੀਜ਼ ਹੋ ਵੀ ਸਕਦੀ ਆ ਹਨਾ। ਵੰਸ ਗਾਣੇ ਬਣਾਉਣ ਲੱਗ ਗਏ, ਸੋ ਆਏ ਸਜੈਕਟ ਹੋਣ ਲੱਗ ਗਿਆ, ਉਹ ਤੋਂ ਬਾਅਦ ਤਾਂ ਕੁਐਸਚਨ ਨਹੀਂ ਰਿਹਾ ਸੀ ਕਿ ਕਰਨਾ ਕੀ ਆ, ਸੋਚਣ ਲੱਗੇ ਕਿੰਨਾ ਕੁ ਵੱਡਾ ਕਰਨਾ ਤੇ
like you know what we're gonna do now. That's what he said. It was unreal. Sidhu ne bro jithe oda poster si sada naal paya. Tu New York the show dekhega. Wo PlayStation Arena in New York, right? It was huge, yeah. Huge. Show was lit, bro. Crazy, huh? Bro, Sidhu the face naal sada. Bro, who does that? Kaun karta hai bro? So tours, bro, tours, music videos, jehdi opportunities sanu mili ohun milti si hun vi mildi ha. Oh time karke bro jehda assi kaam odon kita si jehdi mehnat kiti hai mehnat kiti hai odon di bro ode karke the kar gal pahunchi ke oh feeling hun bro normal jeevan lag gayi ode karke you know. Oh, yeah. Pretty chemistry bhi sigi. I think it was a New York show. The red paya hoya tere tracks with the New York. Yeah. Odo bhi tusi stage se jab perform karde si, it didn't look like koi chalo aam performance. I see we bhra ikatthe bas enjoy kar rahe hain. Yeah, kar rahe matlab sara chhota bhi. Preparation sigi thodi bhi har apa aaye karna show de vich ya jehdi se bhi kar ya Sunny jive tu man karda. Bro, the rehearsal it be me and Paisley. Main the Paisley hona. ਅਸੀਂ ਮਾਈਕ ਫੜਿਆ ਉਹ ਪਿੱਛੇ ਖੜਾ ਸਿੱਧੂ ਫੋਨ ਤੇ ਉਹਨੂੰ ਪਤਾ ਨੋਰਮਲ ਹੋ ਗਿਆ ਸੀ ਉਹਦੇ ਵਾਸਤੇ ਬਹੁਤ ਨੋਰਮਲ ਚੀਜ਼ ਸੀ ਹਨਾ ਤੇ ਮਤਲਬ ਆਮ ਹੋ ਗਈ ਉਹ ਪਿੱਛੇ ਖੜਾ ਓਕੇ ਬਹੁਤ ਰਿਹਾ ਸੱਡਾ ਲੋਕ ਚੱਲੀ ਮਾੜਾ ਮੋਟਾ ਨਹੀਂ ਹੋਣਾ ਮਾਈਕ ਚੱਕ ਚੱਕ ਕਰਕੇ ਬਹੁਤ ਚੱਲੋ ਹੋਟਲ ਜਾਂਦੇ ਬਹੁਤ ਚੱਲ ਕਰਦੇ ਆਪਾਂ ਉਹਨੂੰ ਪਤਾ ਕੰਮ ਤਾਂ ਬਹੁਤ ਸ਼ੋਅ ਲਾਉਣ ਦਾ ਤਾਂ ਬਹੁਤ ਦੈਟ ਵਾਸ ਹਿਸ ਫੇਵਰੇਟ ਥਿੰਗ ਟੂ ਡੂ ਬਰੋ ਵੀਡੀਓ ਸ਼ੂਟਸ ਵਰ ਉਹ ਵੀ ਵਧੀਆ ਲੱਗਦੇ ਸੀ ਬਹੁਤ ਜਿਹੜਾ ਸਟੇਜ ਲਾਉਣਾ ਉਹਨੂੰ ਬਹੁਤ ਹੀ ਲੱਗਦਾ ਸੀਗਾ ਕਿਆ ਸਟੇਜ ਤੇ ਜਾਵਾਂਗੇ ਫੈਨਸ ਨੂੰ ਮਿਲਾਂਗੇ ਕੁਝ ਨਵਾਂ ਤਾਂ ਨਵਾਂ ਹੋਊਗਾ ਅੱਜ ਬਾਈ ਦਾ ਕਹਿੰਦਾ ਕਿ ਮਤਲਬ ਸਟੇਜ ਦੇ ਕੋਲ ਨਾ ਬਹੁਤ ਇਸ ਟੂ ਮਚ ਫਨ ਉਹਨੇ ਨਾ ਸੀ ਰੋਡ ਤੇ ਸੀ ਵੀ ਵਾਂ ਟੂਰ ਫॉर ਲਾਈਕ 4-5 ਮੰਥਸ ਬਹੁਤ ਬਹੁਤ ਕੁਝ ਕੀਤਾ ਉਹ ਬਹੁਤ ਫਨ ਕੀਤਾ ਉਹ ਦਿਨ ਮੈਂ ਕਦੇ ਨਹੀਂ ਪਾ ਸਕਦਾ ਉਹਦੇ ਨਾਲ ਨਾ ਬਾਈ ਦੀ ਪਹਿਚਾਣ ਸੀ ਕਿ ਸਟੇਜ ਤੇ ਜਾਣਾ ਤਾਂ ਸਾਰਾ ਔਰਾ ਹੀ ਬਦਲ ਜਾਣਾ ਐਂਡ ਹੀ ਡਿਡ ਇਟ ਸੋ ਨੈਚੁਰਲੀ ਲੱਗਦਾ ਨਹੀਂ ਸੀ ਵੀ ਯਾਰ ਬੰਦੇ ਨੇ ਸੋਚਿਆ ਕਿ ਇਹ ਕਰਨਾ ਕਰਨਾ ਹੈ ਉਸੋ ਜਸ ਵੀ ਸਟੇਜ ਤੇ ਜਾਣਾ ਫੈਨਸ ਨਾਲ ਇੰਟਰੈਕਟ ਕਰਨਾ ਐਂਡ ਬਸ ਇੰਜੋਏ ਕਰਨਾ ਉਹ ਟਾਈਮ ਯਾ ਬ੍ਰੋ ਉਹਨੇ ਮੈਨੂੰ ਬ੍ਰੋ ਅਸੀਂ ਸਟੇਜ ਤੇ ਲੱਗੇ ਆ ਉਹਨੇ ਮੇਰਾ ਮਾਈਕ ਫੜ ਲੈਣਾ ਅੱਛਾ ਉਹਨਾਂ ਸੁਣੀ ਉਹ ਜੋ ਗਾਣਾ ਹੁੰਦਾ ਸੀਗਾ ਜੀ ਵੈਗਨੀ ਗਾਣਾ ਉਹਨਾਂ ਨੇ ਬਹੁਤ ਨੱਚ ਭੰਗੜਾ ਪਾ ਦੇ ਅੱਛਾ ਹਾਂ ਉਹਨਾਂ ਨੱਚ ਮੈਂ ਲੱਗਿਆ ਰਿਹਾ 2 ਮਿੰਟ ਬ੍ਰੋ ਮੈਂ ਸਾਹ ਚੜਿਆ ਮੈਂ ਕਿਹਾ ਚਲ ਬੋਲ ਉਹਨੂੰ ਅੱਗੇ ਕਰੀ ਚੱਲ ਉਹਨੂੰ ਇਦਾਂ ਦੀ ਕੋਈ ਪਲੈਨਿੰਗ ਨਹੀਂ ਸੀ ਬ੍ਰੋ ਕੋਈ ਪਲੈਨਿੰਗ ਨਹੀਂ ਸੀ ਆਪਾਂ ਇੱਥੇ 20 ਮਿੰਟ ਲਾਉਣੇ ਆ ਗਾਣੇ 'ਤੇ ਉਹ ਗਾਣਾ ਕਿਹੜਾ ਆਉਣ ਲੱਗਿਆ ਆ ਲੈਣ ਦੋ ਬਹੁਤ ਫੈਨਸ ਦਾ ਜਿਹੜਾ ਪਾਵਰ ਸੀ ਫੈਨਸ ਇੰਨਾ ਸਾਨੂੰ ਪਿਆਰ ਕਰਦੇ ਸੀ ਬਹੁਤ ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿ ਸਿੱਧੂ 3 ਵਾਰੀ ਸੇਮ ਗਾਣਾ ਗਾ ਦੇਵੇ ਹਾਂ ਬਹੁਤ ਗੱਲਾਂ ਬਹੁਤ ਕਰਦੇ ਸਿੱਧੂ ਸੀ ਉੱਤੇ ਬਹੁਤ ਮੈਂ ਆਪ ਖੜਾ ਨਾਲ ਮੈਂ ਅੱਜ ਤੱਕ ਹੈਰਾਨ ਆ ਕਿ ਬਹੁਤ ਮੈਂ ਇੰਨਾ ਨੇੜ ਉੱਥੇ ਮੈਨੂੰ ਮੈਂ ਦਿਖੜਾ ਮੈਨੂੰ ਨੋਰਮਲ ਜਿਹਾ ਲੱਗਦਾ ਲੋਕਾਂ ਨਾਲ ਤਾਂ ਕਿਵੇਂ ਸੀ ਕਿਵੇਂ ਸੀ ਮੈਨੂੰ ਸਮਝਾਉਣਾ ਔਖਾ ਕਿਵੇਂ ਹੋ ਰਿਹਾ ਅਸੀਂ ਪੁੱਛੀਦਾ ਯਾਰ ਕਿ ਇੰਨੇ ਜਾਣੇ ਹੋ ਬੈਠੇ ਮੈਨੂੰ ਸਿਰ ਥੋੜਾ ਔਖਾ ਮੈਂ ਯਾਰ ਕੀ ਆਖ ਕਿ ਮੇਰੇ ਲਈ ਤਾਂ ਹੋਰ ਸਿੱਧੂ ਆ ਨੋਰਮਲ ਉਹਨੂੰ ਇੰਨਾ ਵੱਡਾ ਗ੍ਰੈਂਡ ਬਣਾਉਣ ਲਈ ਮੈਨੂੰ ਬਹੁਤ ਔਖਾ ਲੱਗਦਾ ਹੀ ਲਵ ਯੂ ਭੰਗੜਾ ਸਿੰਘ ਤੇ ਭੰਗੜੇ ਦਾ ਵੀ ਉਹ ਹੀ ਬੋਲ ਲੱਜਦ੾ ਸੀ ਭੰਗੜੇ ਦੀ ਵੀ ਆਪਾਂ ਗੱਲ ਕਰਨੀ ਸੀ ਆਪਣੇ ਭਰਾਵਾਂ ਨੇ ਗੁੱਸੇ ਹੋ ਜਣਾ ਇਹ ਵੀ ਆਪਾਂ ਵੈਲਕਮ ਬੈਕ ਟੂ ਥਿਸ ਬਟ ਸਨੀ ਨੇ ਹੁਣ ਬਹੁਤ ਲੋਕਾਂ ਨੂੰ ਮੇਬੀ ਪਤਾ ਨਹੀਂ ਹੋਣਾ ਕਿ ਪ੍ਰੋਫੈਸ਼ਨਲੀ ਭੰਗੜਾ ਵੀ ਪਾਇਆ ਸੋ ਡਿਡ ਦਾ ਹੈਲਪ ਯੂ ਗੇਟ ਥੋੜੇ ਆ ਵੀ ਪੰਜਾਬੀ ਨਾਲ ਪੰਜਾਬੀ 뮤직 ਨਾਲ ਥੋੜੀ ਜਿਹਾ ਇੰਟਰਸਟ ਬਣਿਆ ਮਾਰ ਦੇ ਰਾਜ਼ ਦੇ ਫਰ ਸ਼ੋਰ ਬ੍ਰੋ ਉਹਦੇ ਕਰਕੇ ਮੈਨੂੰ ਥੋੜਾ ਰਿਦਮ ਦਾ ਪਤਾ ਲੱਗ ਗਿਆ ਯੂ نو ਹਾਊ ਟੂ ਸਟੇ ਔਨ ਬੀ ਦ ਨੋਲੇਜ ਆਫ ਜਸਟ ਪੰਜਾਬੀ 뮤직 ਉਹ 2007 ਤੋਂ ਆਪਾਂ ਭੰਗੜਾ ਵੀ ਸ਼ੁਰੂ ਕੀਤਾ ਉਦੋਂ ਯਾਰ 7-8 ਸਾਲ ਤੋਂ ਪਾਇਆ ਕੰਪੈਟੀਟਿਵਲੀ ਆਪਾਂ ਪਾਇਆ ਨਾ ਭੰਗੜਾ ਤੇ ਜਿੰਨਾ 뮤직 ਉਦੋਂ ਮੈਂ ਜਾਣਨ ਲੱਗਿਆ ਬ੍ਰੋ ਉਹਨੇ ਮੇਰੀ ਇੰਨੀ ਹੈਲਪ ਕੀਤੀ ਆਪਣੇ ਇੱਧਰ ਟ੍ਰਾਂਜੀਸ਼ਨ ਕਰਨ ਲਈ ਉਹ ਤਾਂ ਰੈਪ ਹੀ ਜਦੇ ਕਰਦੇ ਸੀ ਬਟ ਟ੍ਰਾਂਜੀਸ਼ਨ ਪੰਜਾਬੀ 뮤직 ਹੈਲਪ ਟੂ ਲਾਫ ਸ਼ੋਰ ਸੋ ਆਪਾਂ ਤੁਹਾਡੇ ਟੂਰਸ ਦੀ ਵੀ ਗੱਲਬਾਤ ਕੀਤੀ ਐਂਡ ਯੂ نو ਵੀ ਮੈਂ ਸਿੱਧੂ ਉਹ ਬੜੀਆਂ ਚੀਜ਼ਾਂ ਹੋਈਆਂ ਤੇ ਜਦੋਂ ਯੂ نو ਤੁਹਾਡਾ ਕਰੀਅਰ ਉਸ ਲੈਵਲ ਤੱਕ ਪਹੁੰਚ ਦਾ ਜਿੱਥੇ ਕਦੇ ਸੋਚਿਆ ਨਹੀਂ ਬੜੀਆਂ ਚੀਜ਼ਾਂ ਹੁੰਦੀਆਂ ਐਂਡ ਨੈਚੁਰਲ ਤੌਰ ਤੇ ਹੋਣੀ ਹੁੰਦੀਆਂ ਹੁਣ ਪਿਛਲੇ ਸਾਲ ਤੁਸੀਂ ਤੇ ਸਿੱਧੂ ਨੇ ਉਸ ਤੋਂ ਪਹਿਲਾਂ ਗੱਲਬਾਤ ਥੋੜਾ ਜਿਹਾ ਨਹੀਂ ਕੀਤੀ ਰਾਈਟ ਆਈ ਥਿੰਕ ਸੀਗਾ ਕੁਝ ਕੁ ਮਹੀਨਿਆਂ ਦਾ ਗੈਪ ਸੀ ਜਿੱਥੇ ਥੋੜੀ ਉਨੀ ਗੱਲਬਾਤ ਜਿਹੜੀ ਸੀਗੀ ਪਹਿਲਾਂ ਚਲੋ ਭਰਾਵਾਂ 'ਚ ਹੁੰਦਾ ਰਹਿੰਦਾ ਫਿਰ ਤੁਸੀਂ ਇੰਨੀ ਇੱਕ ਕਲੋਸ ਵਿੱਚ ਨੇੜਤਾ ਆਈ ਤੁਹਾਡੇ 'ਚ ਉਹ ਜਿਹੜਾ ਸਬੱਬ ਕਿਵੇਂ ਬਣਿਆ ਵੀ ਇੱਕ ਵਾਰ ਫਿਰ ਤੋਂ ਭਰਾ ਜੁੜ ਗਏ ਹਰ ਦਾ ਖੰਬਾ ਜਿਦਾਂ ਮੈਨੂੰ ਬਹੁਤ ਬੇਸਬਰੀ ਨਾਲ ਵੇਟ ਸੀ ਕਿ ਇਹ ਕੁਐਸਚਨ
ਰੀਅਲ 'ਚ ਸੁਣਨ 'ਚ ਲੋਕਾਂ ਦੀਆਂ ਵੀਡੀਓ ਤੋਂ ਡਿਸਾਈਡ ਕਰਨ ਤੋਂ ਬਿਹਤਰ ਹੁੰਦਾ ਬੰਦਾ ਫੇਸ ਟੂ ਫੇਸ ਅਗਲੇ ਬੰਦੇ ਦੇ ਮੂੰਹ 'ਚੋਂ ਸੁਣੇ ਕਿ ਕਹਾਣੀ ਕੀ ਸੀ। ਅਤੇ ਇਸ ਕੁਐਸਚਨ ਦਾ ਸਭ ਨੂੰ ਆਈ ਥਿੰਕ ਵੇਟ ਹੋਏਗਾ ਕਿ ਹਰ ਬੰਦੇ ਨੂੰ ਪਤਾ ਚੱਲੇ ਕਿ ਸਨੀ ਮਾਲਟਨ ਅਤੇ ਸਿੱਧੂ ਮੂਸੇਵਾਲਾ ਦੇ ਵਿੱਚ ਜਿਹੜੀ ਕੰਟਰੋਵਰਸੀ ਹੋਈ ਸੀ ਉਹ ਕਿਉਂ ਹੋਈ ਸੀ ਔਰ ਫਿਰ ਇਕੱਠੇ ਹੋਏ ਸਨ ਅਤੇ ਕਿਉਂ ਹੋਏ ਸਨ, ਕਿਸ ਵਜ੍ਹਾ ਤੋਂ ਹੋ ਗਏ ਸਨ, ਕੋਈ ਇਸ ਗੱਲ ਦੀ ਐਕਸਪਲੇਨੇਸ਼ਨ ਸਾਨੂੰ ਨਹੀਂ ਸੀ ਪਤਾ ਹੈ। ਅਤੇ ਇਹ ਦੱਸਾਂਗੇ ਅਸੀਂ ਹੁਣ ਅਗਲੀ ਵੀਡੀਓ 'ਚ ਸੁਣ ਕੇ। ਤੇ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ, ਪਿਛਲੀਆਂ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਅਗਲੀਆਂ ਵੇਖਣ ਲਈ ਚੈਨਲ ਸਬਸਕ੍ਰਾਈਬ ਕਰ ਦਿਓ। ਤੇ ਆਪਾਂ ਮਿਲਦੇ ਹਾਂ ਕੱਲ ਨਵੀਂ ਵੀਡੀਓ, ਤਦ ਤੱਕ ਲਈ ਲਵ ਯੂ। ਹੋ ਗਿਆ।